ਦੇ ਵਿਹੜੇ 'ਚ ਬੈਠ ਕੇ ਪੰਜਾਬ ਦੀ ਸਰਕਾਰੀ ਫਾਈਲਾਂ ਨੂੰ ਖੋਲ੍ਹਣਾ, ਉਹਨਾਂ 'ਤੇ ਚਰਚਾ ਕਰਨਾ, ਸਰਕਾਰ ਦੇ ਮਹੱਤਵਪੂਰਨ ਮੁੱਦਿਆਂ ਨੂੰ ਔਰ ਇੱਕ ਗੋਪਨੀਤਾ ਨੂੰ ਕੇਜਰੀਵਾਲ ਸਾਹਿਬ ਨੇ ਰੱਖਣਾ, ਇਹ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਿਕ ਹੈ, ਗੈਰ ਜ਼ਿੰਮੇਵਾਰਾਨਾ ਹੈ ਔਰ ਦੁਖਦ ਹੈ। ਜਿਹੜਾ ਬੰਦਾ ਪੰਜਾਬ ਦਾ ਨਾਗਰਿਕ ਨਹੀਂ, ਜਿਹਨੇ ਪੰਜਾਬ ਦੀ ਮੰਤਰੀ ਮੰਡਲ ਦੀ ਸਹੁੰ ਨਹੀਂ ਚੁੱਕੀ, ਹੋਏਗਾ ਕਿਸੇ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਹੋ ਸਕਦਾ, ਉਹਨੂੰ ਐਡਵਾਈਸ ਦੇਣ ਦਾ ਆਪਣੀ ਪਾਰਟੀ ਦੇ ਨੇਤਾ ਉਹਨੂੰ ਐਡਵਾਈਸ ਦੇ, ਲੇਕਿਨ ਤੁਸੀਂ ਸਰਕਾਰ ਦੇ IAS ਅਫਸਰਾਂ ਨੂੰ, ਉਹਨਾਂ ਦੀਆਂ ਫਾਈਲਾਂ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਉੱਥੇ ਮੀਟਿੰਗ ਕਰ ਰਹੇ ਹੋ, ਨਿਰਦੇਸ਼ ਦੇ ਰਹੇ ਹੋ, ਇਹ ਗੈਰ ਜ਼ਿੰਮੇਵਾਰਾਨਾ, ਗੈਰ ਸੰਵਿਧਾਨਿਕ ਹੈ। ਮੈਂ ਹੈਰਾਨ ਹਾਂ ਉਹਨਾਂ ਅਫਸਰਾਂ ਦੇ ਉੱਤੇ ਵੀ ਕਿ ਉਹ ਪੰਜਾਬ ਦੀਆਂ ਇੰਪੋਰਟੈਂਟ ਇਸ਼ੂਜ਼ ਨੂੰ ਕਿਸ ਤਰ੍ਹਾਂ ਇੱਕ ਵਿਦੇਸ਼ੀ ਸੱਤਾ ਦੇ ਸਾਹਮਣੇ, ਇੱਕ ਸਟੇਟ ਤੋਂ ਬਾਹਰ ਦੀ ਸੱਤਾ ਦੇ ਸਾਹਮਣੇ ਲੈ ਕੇ ਗਏ। ਮੈਂ ਪੰਜਾਬ ਦੇ ਗਵਰਨਰ ਸਾਹਿਬ ਅੱਗੇ ਵੀ ਬੇਨਤੀ ਕਰਾਂਗਾ ਕਿ ਉਹਨਾਂ ਅਫਸਰਾਂ 'ਤੇ ਲੋੜੀਂਦੀ ਕਾਰਵਾਈ ਕਰਨ ਜਿਹੜੇ ਪੰਜਾਬ ਦੀ ਗੋਪਨੀਤਾ ਨੂੰ ਭੰਗ ਕਰਕੇ ਕਿਸੇ ਦੂਜੀ ਸਟੇਟ ਦੇ ਮੁੱਖ ਮੰਤਰੀ ਕੋਲ ਲੈ ਕੇ ਗਏ ਨੇ। ਔਰ ਉਹਨਾਂ 'ਤੇ ਪਰਚਾ ਵੀ ਰਜਿਸਟਰਡ ਹੋਣਾ ਚਾਹੀਦਾ, ਅਪਰਾਧਿਕ ਪਰਚਾ, ਨਹੀਂ ਤਾਂ ਕੀ ਲੋੜ ਹੈ ਮੰਤਰੀ ਮੰਡਲ ਬਣਾਉਣ ਦੀ, ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਸਹੁੰ ਚੁਕਾਉਣ ਦੀ। ਇਹ ਜਿਹੜੀ ਬ੍ਰੀਚ ਆਫ ਟਰੱਸਟ ਹੋਈ ਹੈ, ਜਿਹੜੀ ਸ਼ਪਥ ਲੈਂਦੇ ਹਾਂ ਉਹਦੇ ਨਾਲ ਧੋਖਾ ਹੋਇਆ, ਪੰਜਾਬ ਦੀ ਜਨਤਾ ਦੇ ਮਸਲਿਆਂ ਨੂੰ ਬਾਹਰ ਲਿਜਾ ਕੇ। ਅਸਲ 'ਚ ਕੇਜਰੀਵਾਲ ਸਾਹਿਬ ਉਹਨਾਂ ਦੇ ਮਨ ਦੇ ਅੰਦਰ ਜਿਹੜਾ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਮੁੱਖ ਮੰਤਰੀ ਦਾ ਖਾਬ ਹੈ ਜਾਂ ਸੱਤਾ ਦੀ ਸਿੱਧੀ ਚਾਬੀ ਆਪਣੇ ਹੱਥ 'ਚ ਰੱਖਣ ਦੀ ਸੋਚ ਹੈ, ਦੁਰਭਾਗਯਪੂਰਨ ਹੈ। ਔਰ ਜਿਸ ਤਰ੍ਹਾਂ ਉਹ ਰਿਮੋਟ ਕੰਟਰੋਲ ਨਾਲ ਪੰਜਾਬ ਨੂੰ ਚਲਾ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਕਾਰਨ ਨੂੰ ਚਲਾ ਰਹੇ ਨੇ, ਪੰਜਾਬ ਦੇ ਮੰਤਰੀ ਮੰਡਲ ਨੂੰ ਚਲਾ ਰਹੇ ਨੇ। ਲੋਕ ਤਾਂ ਆ ਕੇ ਕਹਿੰਦੇ ਕਿ ਮੁੱਖ ਮੰਤਰੀ ਦੇ ਆਫਿਸ 'ਚ ਪਰਮਾਨੈਂਟ ਆਮ ਆਦਮੀ ਪਾਰਟੀ ਨੇ ਆਪਣੇ ਨੇਤਾ ਬਿਠਾ ਦਿੱਤੇ ਨੇ ਦਿੱਲੀ ਵਾਲੇ, ਜਿਹੜੇ ਮੁੱਖ ਮੰਤਰੀ ਦੇ ਕੰਮਕਾਜ 'ਚ ਇਕੱਲੇ ਹਸਤਾਕਸ਼ੇਪ ਨਹੀਂ ਕਰਦੇ, ਕੰਮਕਾਜ ਨੂੰ ਮੁੱਖ ਮੰਤਰੀ ਥਾਂ 'ਤੇ ਉਹ ਚਲਾ ਰਹੇ ਨੇ, ਇਹ ਵੀ ਦੁਰਭਾਗਯਪੂਰਨ। ਇਸ ਤਰ੍ਹਾਂ ਕਿ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਅੰਦਰ ਪਿਛਲੇ 25 ਦਿਨਾਂ 'ਚ 6 ਖਿਡਾਰੀਆਂ ਦੇ ਕਤਲ ਹੋ ਗਏ, 25 ਦਿਨਾਂ 'ਚ 34 ਨੌਜਵਾਨ ਨਸ਼ੇ ਦੇ ਕਾਰਨ ਮਾਰੇ ਗਏ, ਨਸ਼ੇ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ, ਲਗਭਗ 52 ਕਤਲ ਹੋਏ ਨੇ, 14 ਥਾਵਾਂ 'ਤੇ ਗੋਲੀ ਚੱਲ ਚੁੱਕੀ ਹੈ, 21 ਕਤਲ ਗੈਂਗਸਟਰਾਂ ਵੱਲੋਂ ਹੋਏ ਨੇ। ਜਿਸ ਸਥਿਤੀ 'ਚ ਪੰਜਾਬ ਪਹੁੰਚ ਗਿਆ, ਆਉਂ ਲੱਗ ਰਿਹਾ ਹੈ ਕਿ ਪੰਜਾਬ ਦੇ ਗੈਂਗਸਟਰ, ਚਾਹੇ ਜੇਲ੍ਹਾਂ 'ਚ ਬੈਠੇ, ਜੇਲ੍ਹਾਂ 'ਚ ਬਾਹਰ ਨੇ, ਉਹ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਚਲਾ ਰਹੇ, ਖੁੱਲ੍ਹੇਆਮ ਦਿਨ ਦਿਹਾੜੇ ਕਬੱਡੀ ਖਿਲਾੜੀ ਮਾਰਨੇ, ਦਿਨ ਦਿਹਾੜੇ ਉਹਨਾਂ ਦੇ ਨਾਲ ਸਾਥੀਆਂ ਨੂੰ ਮਾਰਨਾ, ਕਬੱਡੀ ਚਲਦੀ ਦੇ ਥਾਂ 'ਤੇ ਜਾ ਕੇ ਗੋਲੀਆਂ ਚਲਾਉਣੀਆਂ। ਔਰ ਐਸੀ ਸਟੇਟ ਜਿਹੜੀ ਸਟੇਟ ਬਾਰਡਰ ਸਟੇਟ ਹੈ, ਉਹ ਸਟੇਟ ਜਿਸ ਸਟੇਟ ਦੇ ਅੰਦਰ ਬਿਲਕੁਲ ਨਾਲ ਪਾਕਿਸਤਾਨ ਹੈ, ਉਸ ਸਟੇਟ 'ਚ ਇਸ ਤਰ੍ਹਾਂ ਦਾ ਹੋਣਾ ਅਲਾਰਮ ਵੀ ਹੈ। ਤੁਸੀਂ BJP ਦੇ ਲੀਡਰ, ਚਾਹੇ ਬੰਬਈ ਦੇ ਹੋਣ, ਚਾਹੇ ਦਿੱਲੀ ਦੇ ਹੋਣ, ਉਹਨਾਂ 'ਤੇ ਟਵੀਟ ਕਰਨ ਦਾ ਪਰਚਾ ਪੰਜਾਬ 'ਚ ਰਜਿਸਟਰਡ ਕਰਦੇ ਪਏ। ਅਭਿਵਿਅਕਤੀ ਦੀ ਆਜ਼ਾਦੀ ਹੈ, ਪ੍ਰੈਸ ਵਾਲਿਆਂ ਨੂੰ ਡਰਾ ਲਓ, ਪਰਚੇ ਰਜਿਸਟਰਡ ਕਰ ਲਓ, ਇਹ ਅਭਿਵਿਅਕਤੀ ਦੀ ਆਜ਼ਾਦੀ ਹੈ ਕਿ ਕੋਈ ਟਵੀਟ ਨਹੀਂ ਕਰ ਸਕਦਾ, ਇੰਨਾ ਸੈਂਸਰ, ਇਹ ਤਾਂ ਆਪਾਤਕਾਲ ਲੱਗ ਗਿਆ, ਐਮਰਜੈਂਸੀ ਲੱਗ ਗਈ ਹੈ ਪੰਜਾਬ 'ਚ। ਜਿਸ ਤਰ੍ਹਾਂ ਐਮਰਜੈਂਸੀ 'ਚ ਅਖਬਾਰਾਂ ਦੇ ਸੰਪਾਦਕ ਪਹਿਲੇ ਚੈੱਕ ਕਰਾਉਂਦੇ ਸੀ ਕਿ ਉਹਨਾਂ ਨੇ ਕੀ ਲਿਖਿਆ, ਇੰਦਰਾ ਗਾਂਧੀ ਦੇ
ਚਮਚੇ ਨੂੰ ਪਾਸ ਕਰਦੇ ਸੀ, ਅੱਜ ਕੇਜਰੀਵਾਲ ਸਾਹਿਬ ਉਸ ਤਰ੍ਹਾਂ ਹੀ ਅਭਿਵਿਅਕਤੀ ਦੀ ਆਜ਼ਾਦੀ ਦਾ ਕਤਲ ਕਰ ਰਹੇ। ਔਰ ਇਹੋ ਲੋਕ ਨੇ ਜਿਹੜੇ RTI ਇਸ ਅਭਿਵਿਅਕਤੀ ਦੀ ਆਜ਼ਾਦੀ ਇਸ ਅੰਦੋਲਨ ਚਲਾਉਂਦੇ ਰਹੇ। ਅੱਜ ਅੰਦੋਲਨ ਚਲਾਉਣ ਵਾਲੇ ਲੋਕ ਜੋ ਸੱਤਾ ਜਾਏ ਸਭ ਨਾਲ ਪਹਿਲੇ ਅਭਿਵਿਅਕਤੀ ਦੀ ਆਜ਼ਾਦੀ ਨੂੰ ਕੁਚਲ ਰਹੇ ਨੇ, ਦੁਰਭਾਗਯਪੂਰਨ। सर, न्यूयॉर्क के अंदर जिस तरीके से सिक्योरिटी के ऊपर जो हमले हुए हैं, कैसे देख रहे हैं? ऐसा है कि श्री नरेंद्र मोदी की सरकार जो दी इस देश चाहिए, 26 मई 2014 तो बाद लगातार चाहे विश्व के किसी भी हिस्से जो प्राकृतिक आपदा आई हो, वॉर हुई हो, कोई भी घटना हुई हो, असी भारत वंशियों की सुरक्षा वास्ते वड्डे वड्डे प्रयास किए। ईवन मिडल ईस्ट के अंदर युद्ध विचों कढ़ के लिया, हूँ रूस और यूक्रेन के युद्ध विचों कढ़ के लिया, नर्सिस नूं कढ़ के लिया, चाहे वह श्रीलंका होवे ते चाहे देश विश्व का कोई हिस्सा होवे, हिंदुस्तानियों की सुरक्षा सब नों पहले रखी गई है। मैंने याद है नेपाल का भूकंप, यूक्रेन का रूस का झगड़ा, और हजारां लोगों नूं कढ़ के लिया, क्योंकि साड़ी सरकार की सोच है कि हर भारत वंशी की सुरक्षा चाहे देश चाहे चाहे विदेश चाहे असी करते आ रहे हैं। और निश्चित रूप से यह जी घटना हुई है बड़ी दुखद है। मेरी गल विदेश मंत्री जी नूं, विदेश राज्य मंत्री जी नाल हुई है, उन्होंने मैं भरोसा दिलाया कि वो इस गल नूं परसनली देखेंगे। भी मैं पत्र भी लिखे विदेश मंत्री जी नूं, विदेश राज्य मंत्री जी नूं, कि इस तरह की घटनावां जिहड़ियां पंजाबी सिख भाईचारे के लोगों नाल पिछले थोड़े दिन जो तीजी बारी घटना हुई है, यह घटना अगों ना हो। उन्होंने मैंने पूरा विश्वास दिलाया कि असी कठोर कार्रवाई करा। देश दुनिया की हर खबर नाल अपडेट रहने लई साडे जगबानी टीवी दे इंस्टाग्राम अकाउंट नू फॉलो करो और दोस्तों ते मित्रां नाल ज्यादा तो ज्यादा शेयर करो। धन्यवाद।